ਜਿੱਥੇ ਇੱਕ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਵੀਆਈਪੀ ਕਲਚਰ ਖਤਮ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਤਾਂ ਜੋ ਕਿਸੇ ਵੀ ਆਮ ਆਦਮੀ ਨੂੰ ਕਿਸੇ ਅਫਸਰ ਦੇ ਨਾਲ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ, ਪਰ ਸਰਕਾਰ ਦੇ ਅਫਸਰ ਹੀ ਸਰਕਾਰ ਦੇ ਬਣਾਏ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਦੇ ਹਲਕਾ ਭੋਆ ਵਿੱਚ ਪੈਂਦੇ ਨਰੋਟ ਜੈਮਲ ਸਿੰਘ ਵਿਖੇ, ਜਿੱਥੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਆਏ ਨਾਇਬ ਤਹਿਸੀਲਦਾਰ ਆਪਣੀ ਪ੍ਰਾਈਵੇਟ ਗੱਡੀ ਤੇ ਸ਼ਰੇਆਮ ਨੀਲੀ ਬੱਤੀ ਲਗਾ ਕੇ ਘੁੰਮਦੇ ਨਜ਼ਰ ਆਏ। ਜਿਵੇਂ ਹੀ ਨੀਲੀ ਬੱਤੀ ਲੱਗੀ ਗੱਡੀ ਤੇ ਮੀਡੀਆ ਦੀ ਨਜ਼ਰ ਪਈ ਤਾਂ ਇਸ ਦ੍ਰਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਗਿਆ। ਲਾਲ ਬੱਤੀ ਦਾ ਤਾਂ ਆਪਾਂ ਸੁਣਿਆ ਵਾ ਅਤੇ ਨੀਲੀ ਬੱਤੀ ਬਾਰੇ ਅਜੇ ਤੱਕ ਕੋਈ ਗੱਲਬਾਤ ਨਹੀਂ। ਅਤੇ ਵੈਸੇ ਵੀ ਨੀਲੀ ਬੱਤੀ ਤਾਂ ਹੀ ਆਪਾਂ ਜਦੋਂ ਕੋਈ ਵੀਆਈਪੀ ਡਿਊਟੀ 'ਤੇ ਜਾਂਦੇ ਹਾਂ ਅਤੇ ਫਿਰ ਉਹਦੇ ਵਿੱਚ ਆਮ ਤੌਰ 'ਤੇ ਅੱਗ, ਜਿਵੇਂ ਸੱਤ ਥਾਵਾਂ 'ਤੇ ਅੱਗ ਲੱਗ ਗਈ, ਮੇਰੀ ਡਿਊਟੀ ਲੱਗੀ ਆ, ਰਿਪੋਰਟ ਆਈ ਆ, ਕੋਈ ਫਟਾਫਟ ਜਾ ਕੇ ਆਪਣੇ ਸੱਤ ਥਾਂ 'ਤੇ ਅੱਗ ਲੱਗੀ ਆ, ਉੱਥੇ ਜਾ ਕੇ